ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਹਾਂ। ਮੈਂ ਸ਼ਸ਼ੀ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਬਲੌਗ 'ਚ। ਸਟਾਰਟ ਕਰਦੇ ਹਾਂ ਜੀ ਅੱਜ ਦਾ ਬਲੌਗ, ਅਤੇ ਅੱਜ ਦਾ ਬਲੌਗ ਸਟਾਰਟ ਕਰ ਰਹੀ ਹਾਂ ਮੈਂ ਸਵੇਰ ਤੋਂ ਹੀ, ਮਤਲਬ ਹਾਂ 11:30 ਦਾ ਟਾਈਮ ਹੋ ਗਿਆ ਹੈ। ਅਤੇ ਮੈਂ ਕੰਮ ਸਾਰਾ ਕਰ ਲਿਆ ਵਾ, ਸਫਾਈਆਂ ਵਗੈਰਾ ਕਰ ਲਈਆਂ ਨੇ, ਰਸੋਈ ਦਾ ਕੰਮ ਕਰ ਲਿਆ, ਭਾਂਡੇ ਮਾਂਜ ਲਏ ਨੇ, ਅਤੇ ਹੁਣ ਮੈਂ ਦਊਂਗੀ ਭਾਵਨਾ ਨੂੰ ਦਵਾਈ। ਹਾਂ ਦੇਖੋ, ਮੈਂ ਦਵਾਈ ਦੇਣ ਦੀ ਤਿਆਰੀ ਕਰ ਰਹੀ ਹਾਂ। ਭਾਵਨਾ ਗਈ ਹੋਈ ਹੈ ਹੁਸਨ ਘਰ, ਉਹਨੂੰ ਲੈ ਕੇ ਆਊਂਗੀ ਅਤੇ ਉਹਨੂੰ ਦਵਾਈ ਦਊਂਗੀ। ਦਵਾਈ ਦੇਣ ਤੋਂ ਬਾਅਦ ਫਿਰ ਅਸੀਂ ਨਹਾਵਾਂ ਧੋਵਾਂਗੇ, ਅਤੇ ਬਾਕੀ ਪੋਚਾ ਪੁੱਚਾ ਮੈਂ ਲਾ ਲਿਆ ਵਾ। ਅਤੇ ਇੱਕ ਹੋਰ ਚੀਜ਼, ਹਾਂ ਦੇਖ ਲਓ, ਰਾਤ ਮੇਰੇ ਵਾਲ ਕੱਟਦੇ ਆ, ਕਿੰਨੇ ਕਿੰਨੇ ਕੱਟਦੇ ਨੇ, ਕਿੰਨੇ ਹੁੰਦੇ ਸੀਗੇ। ਹੁਣ ਤਾਂ ਜੂੜਾ ਵੀ ਨਹੀਂ ਹੁੰਦਾ ਚੱਜ ਨਾਲ, ਅੱਗੇ ਥੋੜ੍ਹੇ ਲੰਬੇ ਸੀਗੇ, ਚੱਲ ਮਰੋੜ ਮਰਾੜ ਕੇ ਜੂੜਾ ਤਾਂ ਹੋ ਜਾਂਦਾ ਸੀ। ਕਿੰਨੇ ਕਟਿੰਗ ਕਰਦੇ, ਆ ਸਾਰੇ ਨਾ ਕੰਮ ਜਾਨਵੀ ਦੇ ਆ, ਉਲਟੇ ਕੰਮ ਸਾਰੇ ਜਾਨਵੀ ਕਰਦੀ ਹੁੰਦੀ ਆ। ਅਤੇ ਉਹ ਆ ਗਈ ਭਾਵਨਾ ਵੀ, ਹੁਣ ਮੈਂ ਭਾਵਨਾ ਨੂੰ ਦਵਾਈ ਦੇ ਦਿੰਦੀ ਪਹਿਲਾਂ, ਫਿਰ ਉਸ ਤੋਂ ਬਾਅਦ ਅਸੀਂ ਨਵਾਵਾਂਗੇ। ਚਲੋ ਫਿਰ ਮਿਲਦੇ ਨਹਾ ਧੋ ਕੇ ਤੁਹਾਨੂੰ ਬਾਅਦ 'ਚ। ਅਤੇ ਇੱਥੇ ਜੀ ਮੈਂ ਤੁਹਾਡੇ ਨਾਲ ਗੱਲਾਂ ਕਰ ਹੀ ਰਹੀ ਸੀਗੀ, ਅਤੇ ਭਾਵਨਾ ਅਤੇ ਹੁਸਨ ਦੋਨੇ ਆ ਗਈਆਂ ਨੇ, ਅਤੇ ਚਲੋ ਹੁਣ ਮੈਂ ਫਟਾਫਟ ਇਹਨਾਂ ਨੂੰ ਮਤਲਬ ਇਹਨੂੰ ਦਵਾਈ ਦੇ ਦੂੰਗੀ। ਅਤੇ ਭਾਵਨਾ ਨਾ ਦਵਾਈ ਲੈ ਨਹੀਂ ਰਹੀ ਸੀ, ਇਸ ਕਰਕੇ ਮੈਂ ਵਿੱਚੋਂ ਹੁਸਨ ਨੂੰ ਵੀ ਥੋੜ੍ਹੀ ਥੋੜ੍ਹੀ ਦੇਈ ਜਾ ਰਹੀ ਹਾਂ, ਦਵਾਈ ਨਹੀਂ ਮੈਂ ਪਾਣੀ ਦੇ ਰਹੀ ਹਾਂ ਉਹਨੂੰ, ਅਤੇ ਵੀ ਇਸ ਮਤਲਬ ਕਿ ਖੇਲਾਂ ਖੇਲਾਂ 'ਚ ਦੇ ਰਹੀ ਹਾਂ ਵੀ ਚਲੋ ਤੂੰ ਵੀ ਦਵਾਈ ਲੈ ਲਾ, ਤੂੰ ਵੀ ਦਵਾਈ ਲੈ ਲਾ। ਅਤੇ ਇਸ ਕਰਕੇ ਫਿਰ ਭਾਵਨਾ ਵਧੀਆ ਤਰੀਕੇ ਨਾਲ ਦਵਾਈ ਲੈ ਲੂਗੀ, ਕਿਉਂਕਿ ਉਹਨੂੰ ਐਂ ਹੁੰਦਾ ਨਾ ਵੀ ਜੇ ਹੁਸਨ ਲੈਣ ਲੱਗ ਰਹੀ ਹੈ ਚੱਲ ਮੈਂ ਵੀ ਲੈ ਲੈਂਦੀ ਹਾਂ, ਨਹੀਂ ਤਾਂ ਲੈਂਦੀ ਨਹੀਂ ਹੈਗੀ। ਅਤੇ ਹੁਸਨ ਤਾਂ ਬੜੇ ਆਰਾਮ ਨਾਲ ਲੈ ਰਹੀ ਸੀ ਦਵਾਈ, ਉਹਨੂੰ ਐਂ ਹੀ ਨਹੀਂ ਸੀਗਾ ਵੀ ਮੈਂ ਲੈਣਾ ਨਹੀਂ ਹੈਗਾ। ਅਤੇ ਗੋਲੀ ਮਿੱਠੀ ਦਾ ਤਾਂ ਕੋਈ ਚੱਕਰ ਹੀ ਨਹੀਂ, ਕਿਉਂਕਿ ਬੱਚਿਆਂ ਦੀ ਦਵਾਈ ਵੈਸੇ ਮਿੱਠੀ ਹੁੰਦੀ ਹੈ। ਅਤੇ ਇੱਥੇ ਮੈਂ ਨਾ ਦੀਵਾਰ ਦੇ ਨਾਲ ਸਟੈਂਡ ਖੜਾਇਆ ਹੋਇਆ ਵਾ, ਅਤੇ ਇਸ ਕਰਕੇ ਨਾ ਫਿਰ ਫਰਿੱਜ ਦੀ ਮਤਲਬ ਕਿ ਫਰਿੱਜ ਦੀ ਇਮੇਜ ਆ ਰਹੀ ਹੈ ਥੋੜ੍ਹੀ ਜਿਹੀ ਵਿੱਚ ਕੈਮਰੇ 'ਚ, ਕਿਉਂਕਿ ਨਾ ਮਤਲਬ ਸਟੈਂਡ ਦਾ ਇੱਕ ਪੈਰ ਟੁੱਟਿਆ ਵਾ, ਇਸ ਕਰਕੇ ਉਹ ਆਪਣੇ ਆਪ 'ਚ ਖੜ੍ਹ ਨਹੀਂ ਸਕਦਾ, ਉਹਨੂੰ ਕੋਈ ਸਹਾਰਾ ਲੈ ਕੇ ਖੜਾਉਣਾ ਪੈਂਦਾ ਵਾ। ਇਸ ਕਰਕੇ ਮੈਂ ਸਿਰਫ ਥੋੜ੍ਹਾ ਬਹੁਤਾ ਮਤਲਬ ਸ਼ੂਟ ਵਗੈਰਾ ਕਰ ਸਕਦੀ ਹਾਂ, ਜ਼ਿਆਦਾ ਨਹੀਂ ਕਰਦੀ ਹੈਗੀ। ਅਤੇ ਇੱਥੇ ਜੀ ਦੁਪਹਿਰ ਦਾ ਟਾਈਮ ਹੋ ਰਿਹਾ, ਅਤੇ ਜਾਨਵੀ ਆ ਗਈ ਆ ਟਿਊਸ਼ਨ ਸੋਰੀ ਸਕੂਲ ਤੋਂ, ਅਤੇ ਸਕੂਲ ਤੋਂ ਆ ਕੇ ਉਹ ਬਣਾਉਣ ਲੱਗੀ ਆ ਆਪਣੇ ਵਾਸਤੇ ਪਾਸਤਾ। ਅਤੇ ਪਾਸਤਾ ਬਣਾਉਣ ਵਾਸਤੇ ਉਹਨੇ ਪਾਸਤੇ ਨੂੰ ਉਬਾਲਣ ਵਾਸਤੇ ਰੱਖਤਾ ਵਾ, ਵਿੱਚ ਥੋੜ੍ਹਾ ਜਿਹਾ ਤੇਲ ਪਾਤਾ ਵਾ, ਅਤੇ ਹੁਣ ਉਹਦਾ ਪਾਸਤਾ ਜਿਹੜਾ ਉਬਲ ਜੂਗਾ। ਅਤੇ ਮੈਂ ਤਾਂ ਲੇਟੀ ਹੋਈ ਸੀਗੀ, ਅਤੇ ਕਿ ਮੰਮੀ ਕਹਿੰਦੀ ਵੀ ਮੈਂ ਪਾਸਤਾ ਬਣਾ ਲਾ, ਮੈਂ ਕਿਹਾ ਚੱਲ ਬਣਾ ਲਾ, ਕੱਲ੍ਹ ਲੈ ਕੇ ਆਈ ਸੀ ਆਪਣੇ ਡੈਡੀ ਨਾਲ ਜਾ ਕੇ। ਅਤੇ ਉਸ ਤੋਂ ਬਾਅਦ ਜੀ ਉਬਲਣ ਤੋਂ ਬਾਅਦ ਫਿਰ ਉਹ ਲਾ ਲੂਗੀ ਆਪਣੇ ਪਾਸਤੇ ਨੂੰ ਤੜਕਾ, ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਉਹਨੇ ਗੰਢਾ ਪਾਇਆ ਵਾ, ਇੱਕ ਗੰਢਾ ਪਾਇਆ ਵਾ, ਥੋੜ੍ਹਾ ਜਿਹਾ ਜੀਰਾ ਪਾਊਗੀ, ਅਤੇ ਇੱਕ ਸ਼ਿਮਲਾ ਮਿਰਚ ਪਾਈ ਆ, ਕਿਉਂਕਿ ਅੱਜ ਸ਼ਿਮਲਾ ਮਿਰਚ ਦੀ ਅਸੀਂ ਸਬਜ਼ੀ ਬਣਾਵਾਂਗੇ, ਇਸ ਕਰਕੇ ਲਿਆਂਦੀ ਹੋਈ ਸੀਗੀ। ਅਤੇ ਲੰਬੇ ਲੰਬੇ ਕੱਟੇ ਨੇ ਗੰਢੇ, ਅਤੇ ਮੈਂ ਹੀ ਗੰਢੇ ਵਗੈਰਾ ਕੱਟੇ ਨੇ, ਅਤੇ ਸ਼ਿਮਲਾ ਮਿਰਚ ਵੀ ਮੈਂ ਹੀ ਕੱਟੀ ਆ ਲੰਬੀ ਲੰਬੀ। ਅਤੇ ਅੱਜ ਉਹਦੇ ਡੈਡੀ ਆ ਗਏ ਸੀ ਦੁਪਹਿਰੇ, ਮਤਲਬ ਸਮਾਨ ਸਮੂਨ ਲੈ ਕੇ ਖਰੀਦ ਕੇ ਰੱਖ ਕੇ ਆ ਗਏ ਆ, ਅਤੇ ਸੋਫੇ ਦਾ ਅਤੇ ਬਣਾਇਆ ਨਹੀਂ ਹੈਗਾ ਸੀ ਸੋਫਾ, ਇਸ ਕਰਕੇ ਜਲਦੀ ਆ ਗਏ। ਅਤੇ ਫਿਰ ਮੈਂ ਕਿਹਾ ਜਾਨਵੀ ਨੂੰ ਵੀ ਤੂੰ ਸਭ ਦਾ ਹੀ ਬਣਾ ਲਾ, ਵੀ ਕਿਤੇ ਐਂ ਨਾ ਹੋਵੇ ਇਕੱਲੀ ਵਾਸਤੇ ਬਣਾ ਲਵੇਂ, ਸਭ ਦੇ ਵਾਸਤੇ ਬਣਾ ਲਾ। ਕਹਿੰਦੀ ਠੀਕ ਹੈ, ਅਤੇ ਇਸ ਕਰਕੇ ਉਹਨੇ ਸਭ ਦੇ ਵਾਸਤੇ ਬਣਾ ਲਿਆ ਸੀ, ਆਪਣੇ ਡੈਡੀ ਨੂੰ ਵੀ ਖਵਾਤਾ, ਕਿਉਂਕਿ ਜ਼ਿਆਦਾਤਰ ਨਾ ਉਹ ਆਹ ਵਾਲੀਆਂ ਚੀਜ਼ਾਂ ਦੁਪਹਿਰੇ ਬਣਾਉਂਦੀ ਹੁੰਦੀ ਹੈ, ਅਤੇ ਦੁਪਹਿਰੇ ਦੇ ਡੈਡੀ ਹੁੰਦੇ ਨਹੀਂ ਹੈਗੇ, ਇਸ ਕਰਕੇ ਫਿਰ ਉਹ ਖਾ ਨਹੀਂ ਸਕਦੇ ਹੈਗੇ। ਅਤੇ ਅੱਜ ਉਹ ਆਏ ਹੋਏ ਸੀ, ਮੈਂ ਕਿਹਾ ਚਲੋ ਉਹਨਾਂ ਵਾਸਤੇ ਵੀ ਬਣਾ ਲਾਂ, ਅਤੇ ਫਿਰ ਉਹਨੇ ਉਹਨਾਂ ਵਾਸਤੇ ਵੀ ਬਣਾ ਲਿਆ ਸੀ। ਅਤੇ ਇੱਥੇ ਉਹਦਾ ਤੜਕਾ ਵੀ ਲੱਗਣ ਵਾਲਾ ਵਾ,
ਅਤੇ ਉਸ ਤੋਂ ਬਾਅਦ ਫਿਰ ਉਹ ਮਕਰੋਨੀ ਸੋਰੀ ਪਾਸਤਾ ਪਾ ਦੂਗੀ ਵਿੱਚ, ਅਤੇ ਥੋੜ੍ਹੀ ਦੇਰ 'ਚ ਉਹਦਾ ਪਾਸਤਾ ਬਣ ਜਾਏਗਾ। ਅਤੇ ਇਹਦੇ ਡੈਡੀ ਨੇ ਵੀ ਖਾਧਾ, ਉਹਨੂੰ ਅੱਛਾ ਲੱਗਾ ਵੀ ਵਧੀਆ ਬਣਿਆ ਹੋਇਆ ਵਾ। ਅਤੇ ਕੁਛ ਨਾ ਸਾਡੀ ਭਾਵਨਾ ਖਾ ਲੈਂਦੀ ਆ, ਭਾਵਨਾ ਆ ਮੈਕਰੋਨੀ ਪਾਸਤਾ ਅਤੇ ਮੈਗੀ ਵਗੈਰਾ ਖਾ ਲੈਂਦੀ ਆ, ਅਤੇ ਸਾਨੂੰ ਐਂ ਹੋ ਗਿਆ, ਮੈਨੂੰ ਵੀ ਐਂ ਹੋ ਗਿਆ ਵੀ ਚੱਲ ਇਸ ਬਹਾਨੇ ਸਹੀ ਭਾਵਨਾ ਕੁਛ ਤਾਂ ਖਾਊਗੀ, ਕਿ ਵੈਸੇ ਖਾਂਦੀ ਨਹੀਂ ਹੈਗੀ। ਅਤੇ ਇੱਥੇ ਫਿਰ ਉਹ ਬਣਨ ਤੋਂ ਬਾਅਦ ਜੀ ਮੈਂ ਲੱਗ ਗਈ ਸੀ ਚਾਹ ਬਣਾਉਣ ਵਾਸਤੇ, ਅਤੇ ਦੇਖ ਲਓ ਜਾਨਵੀ ਨੇ ਸਾਰੇ ਗੈਸ ਦਾ ਕੀ ਹਾਲ ਕੀਤਾ ਵਾ, ਮਤਲਬ ਸਾਰਾ ਗੈਸ ਖਰਾਬ ਕਰਤਾ। ਅਤੇ ਮੈਂ ਸੈਲਫ ਵਗੈਰਾ ਸਾਫ਼ ਕਰਤੀ, ਉਸ ਤੋਂ ਬਾਅਦ ਫਿਰ ਮੈਂ ਗੈਸ ਵਗੈਰਾ ਵੀ ਸਾਫ਼ ਕੀਤਾ। ਅਤੇ ਲਓ ਜੀ ਇੱਥੇ ਉਹਦੀ ਮੈਕਰੋਨੀ ਬਣ ਕੇ ਹੋ ਗਈ ਹੈ ਤਿਆਰ, ਵਧੀਆ ਜੀ, ਦੇਖਣ 'ਚ ਵੀ ਇੰਨੀ ਸੋਹਣੀ ਲੱਗ ਰਹੀ ਹੈ ਅਤੇ ਖਾਣ 'ਚ ਵੀ ਬਹੁਤ ਟੇਸਟੀ ਸੀਗੀ। ਅਤੇ ਜੇ ਧਨੀਆ ਵਗੈਰਾ ਹੁੰਦਾ ਤਾਂ ਹੋਰ ਵੀ ਜ਼ਿਆਦਾ ਟੇਸਟੀ ਲੱਗ ਗਈ। ਅਤੇ ਤੁਸੀਂ ਵੀ ਖਾ ਲਓ, ਆ ਜਾਓ ਟੇਸਟੀ ਟੇਸਟੀ ਮੈਕਰੋਨੀ। ਅਤੇ ਇੱਥੇ ਜੀ ਫਿਰ ਜਾਨਵੀ ਨੇ ਸਾਰਿਆਂ ਨੂੰ ਪਾ ਕੇ ਫੜਾਤੀ ਸੀ, ਅਤੇ ਭਾਵਨਾ ਦੀ ਅੱਜ ਅੱਡ ਹੀ ਪਾਤੀ ਸੀ ਵੀ ਭਾਵਨਾ ਖਾ ਲੂਗੀ। ਅਤੇ ਭਾਵਨਾ ਨਾ ਸੱਚੀ ਆਪਣੇ ਆਪ ਚਮਚ ਨਾਲ ਖਾਣ ਲੱਗ ਰਹੀ ਸੀ, ਪਰ ਉਹਨੇ ਨਾ ਹੱਥ ਲਵੇੜ ਲਏ ਸੀ, ਇਸ ਕਰਕੇ ਫਿਰ ਮੈਂ ਸੋਚਿਆ ਚਲੋ ਮੈਂ ਹੀ ਖਵਾ ਦਿੰਦੀ ਹਾਂ, ਨਹੀਂ ਤਾਂ ਸਾਰੀ ਗੰਦੀ ਹੋ ਜਾਏਗੀ ਆਹ। ਅਤੇ ਇਹਦੇ ਡੈਡੀ ਇੱਧਰ ਪਤਾ ਨਹੀਂ ਆਪਣੇ ਸੰਦਾਂ ਨਾਲ ਕੀ ਕਰਨ ਲੱਗ ਰਹੇ ਸੀ, ਉਹਨਾਂ ਨੂੰ ਸੈੱਟ ਕਰਨ ਲੱਗ ਰਹੇ ਸੀ, ਖਰਾਬ ਕਰਨ ਲੱਗ ਰਹੇ ਸੀ, ਕੀ ਕਰਨ ਲੱਗ ਰਹੇ ਸੀ ਮੈਨੂੰ ਨਹੀਂ ਪਤਾ, ਪਰ ਉਹ ਕੁਛ ਤਾਂ ਕਰਨ ਲੱਗ ਰਹੇ ਸੀ। ਇਸ ਕਰਕੇ ਉਹਨਾਂ ਨੇ ਨਾ ਫਰਿੱਜ 'ਤੇ ਸਾਰੇ ਅਤੇ ਉੱਧਰ ਜਿਹੜਾ ਮਸ਼ੀਨ ਵਾਲਾ ਟੇਬਲ ਪਿਆ ਵਾ ਉਹ 'ਤੇ ਅਤੇ ਸਾਰੇ ਕਿਤੇ ਖਿਲਾਰਾ ਪਾ ਰੱਖਿਆ ਸੀ। ਅਤੇ ਇੱਧਰ ਆਹ ਵਾਲਾ ਜਿਹੜਾ ਕੰਪਰੈਸ਼ਰ ਆ ਇਹਨੂੰ ਵੀ ਚਲਾ ਚਲਾ ਕੇ ਦੇਖਣ ਲੱਗ ਰਹੇ ਸੀ, ਕਿਉਂਕਿ ਸ਼ਾਇਦ ਉਹਨਾਂ ਨੇ ਹੁਣ ਆਹ ਵਾਲਾ ਸਮਾਨ ਸਾਰਾ ਕੰਮ 'ਤੇ ਲੈ ਕੇ ਜਾਣਾ ਵਾ ਇਸ ਕਰਕੇ। ਅਤੇ ਲਓ ਜੀ ਮੈਂ ਰਸੋਈ 'ਚ ਆ ਕੇ ਸਭ ਤੋਂ ਪਹਿਲਾਂ ਗੈਸ ਸਾਫ਼ ਕੀਤਾ, ਸੈਲਫ ਸਾਫ਼ ਕੀਤੀ, ਅਤੇ ਭਾਂਡੇ ਮੈਂ ਇਕੱਠੇ ਕਰਤੇ ਸਾਰੇ ਮਾਂਜਣ ਵਾਲੇ, ਹਾਂ ਸਾਰੇ ਭਾਂਡੇ ਮੈਂ ਮਾਂਜੂੰਗੀ। ਅਤੇ ਗੈਸ ਸਾਫ਼ ਤਾਂ ਮੈਂ ਹਮੇਸ਼ਾ ਸਾਫ਼ ਹੀ ਰੱਖਦੀ ਹਾਂ, ਅਤੇ ਇੱਧਰ ਜੀ ਮੈਂ ਭਾਂਡੇ ਵੀ ਮਾਂਜ ਲਏ, ਦੇਖੋ ਕਿੰਨੇ ਸਾਰੇ ਭਾਂਡੇ ਮਾਂਜੇ ਨੇ ਮੈਂ। ਅਤੇ ਗੈਸ 'ਤੇ ਵੀ ਮੈਂ ਆਵਾਂਲੇ ਸਟੈਂਡ 'ਚ ਵੀ ਮਾਂਜਦੇ ਹਾਂ। ਅਤੇ ਰਸੋਈ ਤੋਂ ਬਾਅਦ ਫਿਰ ਮੈਂ ਆ ਗਈ ਸੀ ਕਮਰੇ 'ਚ, ਅਤੇ ਮੈਂ ਕਰਨ ਲੱਗ ਗਈ ਸੀ ਆਪਣੀ ਗੁੱਤ, ਅਤੇ ਆਹ ਦੇਖ ਲਓ ਮੇਰੇ ਕੱਟੇ ਹੋਏ ਵਾਲ। ਅਤੇ ਨਾ ਜਦੋਂ ਮੈਂ ਗੁੱਤ ਕਰ ਰਹੀ ਸੀ ਮੈਂ ਵਾਰ ਵਾਰ ਆਪਣੇ ਵਾਲਾਂ ਵਾਲੀ ਦੇਖ ਰਹੀ ਸੀ ਕਿ ਮੇਰੇ ਵਾਲ ਦੀ ਲੈਂਥ ਜਿਹੜੀ ਆ ਛੋਟੀ ਹੋ ਗਈ ਹੈ, ਅਤੇ ਆ ਖੁੱਲ੍ਹੇ ਥੋੜ੍ਹੇ ਸੋਹਣੇ ਲੱਗਦੇ ਨੇ ਗੁੱਤ 'ਚ, ਤਾਂ ਫਿਰ ਕਿਉਂਕਿ ਮੈਂ ਜ਼ਿਆਦਾਤਰ ਗੁੱਤ ਕਰਦੀ ਨਹੀਂ ਨਾ ਹੈਗੀ, ਗੁੱਤ ਕਰਨ ਤੋਂ ਬਾਅਦ ਮੈਂ ਸਿੱਧਾ ਜੂੜਾ ਕਰ ਲੈਂਦੀ ਹਾਂ, ਅਤੇ ਆਹ ਕਟਿੰਗ ਵਾਲੇ ਵਾਲਾਂ 'ਚ ਫਿਰ ਜੂੜਾ ਬਣਦਾ ਨਹੀਂ ਹੈਗਾ, ਵੀ ਮਤਲਬ ਵਾਲ ਪੂਰੇ ਜਾਂਦੇ ਨਹੀਂ ਹੈਗੇ ਜੂੜੇ ਦੇ ਵਿੱਚ, ਇਸ ਕਰਕੇ ਫਿਰ ਮੈਨੂੰ ਥੋੜ੍ਹੀ ਜਿਹੀ ਔਖ ਜਿਹੀ ਆਈ ਆ, ਪਰ ਚਲੋ ਜੋ ਹੋ ਗਿਆ ਹੋ ਗਿਆ, ਜੇ ਵੱਧ ਗਏ ਤਾਂ ਵੱਧ ਹੀ, ਵੈਸੇ ਤਾਂ ਮੇਰੇ ਵਾਲ ਬਹੁਤ ਛੇਤੀ ਵੱਧ ਜਾਂਦੇ ਨੇ, ਪਰ ਹੁਣ ਉਮਰ ਦੇ ਹਿਸਾਬ ਨਾਲ ਹੀ ਵੱਧ ਵਧਣਗੇ, ਹੈ ਨਾ, ਬੱਚਿਆਂ ਦੀ ਉਮਰ 'ਚ ਜ਼ਿਆਦਾ ਵੱਧ ਜਾਂਦੇ ਨੇ, ਅਤੇ ਹੁਣ ਪਤਾ ਨਹੀਂ ਵਧਣਗੇ ਕਿ ਨਹੀਂ। ਅਤੇ ਇੱਥੇ ਜੀ ਫਿਰ ਸੈਰ ਕਰਨ ਤੋਂ ਬਾਅਦ ਮੈਂ ਲੱਗ ਗਈ ਸੀ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਸਵਾਰਨ, ਮਤਲਬ ਕਿ ਲਿਪਸਟਿਕ ਵਗੈਰਾ ਲਗਾਉਣ, ਮੈਂ ਕਿਹਾ ਚਲੋ ਲਗਾ ਲੈਂਦੇ ਹਾਂ, ਵੈਸੇ ਤਾਂ ਸ਼ਾਮ ਹੋ ਗਈ, ਪਰ ਮੈਂ ਨਾ ਸਵੇਰੇ ਨਹੀਂ ਲਾਉਂਦੀ, ਮੈਂ ਸ਼ਾਮ ਨੂੰ ਹੀ ਲਾਉਂਦੀ ਹਾਂ, ਪਰ ਥੋੜ੍ਹਾ ਬਹੁਤਾ ਮੈਂ ਲਾ ਲੈਂਦੀ ਹੁੰਦੀ ਹਾਂ, ਕਿਉਂਕਿ ਨਹੀਂ ਤਾਂ ਫਿਰ ਸਾਡੇ ਮਤਲਬ ਗੁਆਂਢੀ ਵਗੈਰਾ ਟੋਕਣ ਲੱਗ ਜਾਂਦੇ ਵੀ ਕੁਛ ਲਾ ਲਿਆ ਕਰੋ ਤੁਸੀਂ, ਉਮਰ ਹੈ ਤੁਹਾਡੀ ਲਾਉਣ ਦੀ, ਅਤੇ ਇਸ ਕਰਕੇ ਮੈਂ ਸੋਚਿਆ ਵੀ ਚਲੋ ਕੁਛ ਲਾ ਲਿਆ ਜਾਵੇ। ਅਤੇ ਉਸ ਤੋਂ ਬਾਅਦ ਆ ਗਈ ਸੀ ਫਿਰ ਮੈਂ ਸਬਜ਼ੀ ਚੀਰਨ ਵਾਸਤੇ ਬਾਹਰ, ਅਤੇ ਮੈਂ ਸਬਜ਼ੀ ਵਾਸਤੇ ਸਮਾਨ ਵੀ ਲੈ ਕੇ ਆਈ ਸੀਗੀ, ਭਾਂਡਾ ਰੱਖਿਆ ਹੋਇਆ ਚੀਰਨ ਵਾਸਤੇ, ਅਤੇ ਟੋਕਰੀ ਪਈ ਆ ਫਰਿੱਜ ਦੇ ਉੱਤੇ, ਕਿਉਂਕਿ ਇਹਦੇ 'ਚ ਗੰਢੇ ਵਗੈਰਾ ਰੱਖੇ ਹੋਏ ਆ, ਪਰ ਨਾ ਭਾਵਨਾ ਹੱਥ ਪਾਉਂਦੀ ਸੀ ਨੀਚੇ ਮਤਲਬ ਖਿਲਾਰਦੀ ਸੀ, ਇਸ ਕਰਕੇ ਮੈਂ ਚੱਕ ਕੇ ਨਾ ਇਹਨੂੰ 'ਚ ਰੱਖਤਾ ਫਰਿੱਜ ਦੇ ਉੱਤੇ। ਅਤੇ ਇੱਧਰ ਨਾ ਇਹਦੇ ਡੈਡੀ ਨੇ ਪਾਣੀ ਸੀ ਲੋਅਰ, ਤਾਂ ਉਹਦਾ ਥੋੜ੍ਹੀ ਜਿਹੀ ਤਰਪਾਈ ਉਧੜੀ ਹੋਈ ਸੀ, ਅਤੇ ਉਹ ਕਹਿ ਰਹੇ ਸੀ ਵੀ ਤਰਪਾਈ ਕਰਦੇ, ਅਤੇ ਮੈਂ ਇੱਥੇ ਬੈਠੀ ਹੋਈ ਹਾਂ ਉਹਨਾਂ ਦੀ ਲੋਅਰ 'ਤੇ ਤਰਪਾਈ ਕਰਨ ਵਾਸਤੇ। ਅਤੇ ਉਸ ਤੋਂ ਬਾਅਦ ਜੀ ਫਿਰ ਮੈਂ ਲੱਗ ਗਈ ਸਬਜ਼ੀ ਚੀਰਨ, ਅਤੇ ਸਬਜ਼ੀ ਦੇਖ ਲਓ ਅੱਜ ਮੈਂ ਬਣਾਉਂਗੀ ਸ਼ਿਮਲਾ ਮਿਰਚਾਂ ਦੀ, ਅਤੇ ਸ਼ਿਮਲਾ ਮਿਰਚਾਂ ਆਲੂ ਅਤੇ ਗੰਢੇ ਤਿੰਨੇ ਚੀਜ਼ਾਂ ਮੈਂ ਚੀਰ ਲੂੰਗੀ, ਅਤੇ ਨਾਲ ਮੇਰੇ ਭਾਵਨਾ ਵੀ ਚਿਰਵਾ ਰਹੀ ਸੀ, ਅਤੇ ਉਹਦੇ 'ਚ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ ਪਈਆਂ ਸੀ, ਅਤੇ ਉਹ ਕਰ ਰਹੀ ਸੀ ਮਿਰਚ 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 ਮਿਰਚ,
ਅਤੇ ਉਹਨੂੰ ਨਾ ਜਮੀ ਡਰ ਨਹੀਂ ਲੱਗਦਾ ਹੈਗਾ ਵੀ ਮਿਰਚਾਂ ਹੱਥ 'ਤੇ ਲੱਗ ਜਾਣਗੀਆਂ ਕਿ ਨਹੀਂ ਲੱਗਣਗੀਆਂ, ਬਸ ਉਹਨੂੰ ਐਂ ਹੁੰਦਾ ਵੀ ਮੈਂ ਚੱਕ ਲਾਂ। ਵੈਸੇ ਵੀ ਉਹ ਕੋਈ ਨਾ ਕੋਈ ਚੀਜ਼ ਛਿੜਦੀ ਰਹਿੰਦੀ ਹੈ, ਉਹਨੂੰ ਆਦਤ ਪੈ ਰਹੀ ਹੈ, ਗੰਦੀ ਹੈ ਕਿ ਚੰਗੀ ਹੈ ਪਤਾ ਨਹੀਂ, ਪਰ ਉਹਨੂੰ ਆਦਤ ਪਈ ਹੋਈ ਆ ਵੀ ਹਰੇਕ ਚੀਜ਼ ਨੂੰ ਉਹਨੇ ਛੇੜਨਾ ਹੀ ਛੇੜਨਾ ਵਾ। ਅਤੇ ਲਓ ਜੀ, ਫਿਰ ਉਸ ਤੋਂ ਬਾਅਦ ਆ ਗਈ ਸੀ ਮੈਂ ਰਸੋਈ 'ਚ ਤੜਕਾ ਲਾਉਣ ਵਾਸਤੇ, ਆਪਦੀ ਡੇਲੀ ਵਾਲੀ ਜ਼ਿੰਮੇਵਾਰੀ ਨਿਭਾਉਣ ਵਾਸਤੇ। ਅਤੇ ਇੱਥੇ ਪਾਤਾ ਵਾ ਮੈਂ ਕੜਾਹੀ, ਧੋਤਾ ਕੇ ਸਾਫ਼ ਕਰਕੇ ਸੁਕਾ ਕੇ ਇਹਦੇ 'ਚ ਤੇਲ ਸਰੋਂ ਦਾ, ਅਤੇ ਹੁਣ ਮੈਂ ਲਾਉਂਗੀ ਇਹਨੂੰ ਤੜਕਾ। ਅਤੇ ਤੜਕੇ ਵਾਸਤੇ ਮੈਂ ਚਿਰਿਆ ਵਾ 1.5 ਘੰਟਾ, ਕਿਉਂਕਿ ਗੰਢੇ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ, 70 ਰੁਪਏ ਹੋ ਗਏ ਨੇ ਗੰਢੇ। ਅਤੇ ਮੈਂ ਇਹਦੇ ਡੈਡੀ ਨੂੰ ਕਿਹਾ ਸੀ ਵੀ ਤੁਸੀਂ ਨਾ ਟਮਾਟਰ ਪੁੱਛ ਲਓ ਵੀ ਚੱਲ ਇੱਕ ਅੱਧਾ ਗੰਢਾ ਪਾ ਲਾਂਗੇ, ਇੱਕ ਅੱਧਾ ਟਮਾਟਰ ਪਾ ਲਿਆ ਕਰਾਂਗੇ, ਚੱਲ ਤੜਕਾ ਲੱਗ ਜਾ ਕਰੂਗਾ, ਟਾਈਮ ਵੀ ਸਾਰਨਾ ਹੀ ਆ। ਅਤੇ ਪਤਾ ਨਹੀਂ ਫਿਰ ਉਹਨਾਂ ਨੇ ਪੁੱਛਿਆ ਕਿ ਨਹੀਂ ਪੁੱਛਿਆ, ਕਿਤੇ ਗੰਢੇ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ। ਅਤੇ ਇੱਥੇ ਜੀ ਮੇਰਾ ਤੜਕਾ ਲੱਗ ਚੁੱਕਿਆ, ਅਤੇ ਉਸ ਤੋਂ ਬਾਅਦ ਮੈਂ ਪਾ ਦੂੰਗੀ ਸ਼ਿਮਲਾ ਮਿਰਚਾਂ ਅਤੇ ਆਲੂ, ਅਤੇ ਪਾਣੀ ਪਾ ਕੇ ਥੋੜ੍ਹਾ ਜਿਹਾ, ਅਤੇ ਫਿਰ ਮੈਂ ਇਹਨੂੰ ਕਰ ਦੂੰਗੀ ਗੈਸ ਨੂੰ ਫੁੱਲ, ਅਤੇ ਮੇਰੀ ਸਬਜ਼ੀ ਬਣੀ ਜਾਊਗੀ। ਅਤੇ ਮੈਂ ਜੀ ਗੱਲਾਂ ਕਰ ਰਹੀ ਸੀ ਸਬਜ਼ੀ ਦੀ, ਅਤੇ ਸਬਜ਼ੀ ਸਾਰੀਆਂ ਹੀ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ, ਮਤਲਬ ਜਿਹੜੀ ਸਬਜ਼ੀ ਨੂੰ ਹੱਥ ਲਾਓ ਸਾਰੀਆਂ ਸਬਜ਼ੀਆਂ ਹੀ ਮਹਿੰਗੀਆਂ ਹੋ ਰਹੀਆਂ ਨੇ। ਅਤੇ ਵੈਸੇ ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਹੈ, ਕੀ ਕਰ ਸਕਦੇ ਹਾਂ। ਅਤੇ ਰੋਟੀ ਖਾਧੇ ਬਿਨਾਂ ਤਾਂ ਸਰਦਾ ਨਹੀਂ, ਐਂ ਤਾਂ ਹੈ ਨਹੀਂ ਵੀ ਆਪਾਂ ਕੁਛ ਹੋਰ ਖਾਂਦੇ, ਰੋਟੀ ਖਾਂਦੇ ਹਾਂ ਉਹ ਤਾਂ ਖਾਣੀ ਹੀ ਪਏਗੀ। ਅਤੇ ਸਬਜ਼ੀ ਮੈਂ ਉੱਧਰ ਰੱਖਤੀ ਸੀ ਬਣਨ ਵਾਸਤੇ, ਅਤੇ ਇੱਧਰ ਮੈਂ ਇੱਕ ਹੋਰ ਛੋਟਾ ਜਿਹਾ ਕੰਮ ਕਰਨ ਲੱਗ ਗਈ। ਜਾਨਵੀ ਦਾ ਜਿਹੜਾ ਟੋਪ ਕੱਟਿਆ ਸੀਗਾ ਉਹ ਮੈਂ ਸੀਣ ਵਾਸਤੇ ਬਹਿ ਗਈ ਸੀ, ਅਤੇ ਉੱਧਰ ਮੈਂ ਗੱਲਾਂ ਵੀ ਕਰਨ ਲੱਗ ਰਹੀ ਸੀ ਕਿਸੇ ਦੇ ਨਾਲ, ਅਤੇ ਇੱਧਰ ਆ ਗਈ ਸੀ ਮਨੀਸ਼ਾ ਰਾਣੀ ਅੱਜ ਫਿਰ ਕੁਛ ਕਰਵਾਉਣ ਵਾਸਤੇ ਜਾਨਵੀ ਤੋਂ, ਵੀ ਮੇਰਾ ਆਹ ਵਾਲਾ ਕੰਮ ਕਰਦੇ। ਅਤੇ ਇਹਨਾਂ ਜਾਨਵੀ ਲੱਗ ਰਹੀ ਸੀ ਕੱਪੜੇ ਤੈਅ ਮਾਰਨ, ਅਤੇ ਮੈਂ ਕਿਹਾ ਚੱਲ ਤੂੰ ਐਂ ਕਰ, ਤੂੰ ਜਾਨਵੀ ਦਾ ਕੰਮ ਕਰ ਕੱਪੜਿਆਂ ਵਾਲਾ, ਜਾਨਵੀ ਤੇਰਾ ਕੰਮ ਕਰੇਗਾ। ਅਤੇ ਮੈਂ ਵੀਡੀਓ ਬਣਾ ਰਹੀ ਸੀ, ਅਤੇ ਕਹਿੰਦੀ ਚਾਚੀ ਮੇਰੀ ਵੀਡੀਓ ਨਾ ਬਣਾ, ਅਤੇ ਫਿਰ ਲੱਗ ਗਈ ਸੀ ਦੋਨੇ ਜਣੀਆਂ ਇੱਕ ਦੂਜੇ ਦਾ ਕੰਮ ਕਰਨ। ਅਤੇ ਇੱਧਰ ਮੈਂ ਬਣਾ ਰਹੀ ਹਾਂ ਰੋਟੀਆਂ, ਅਤੇ ਰੋਟੀਆਂ ਬਣਾ ਲੂੰਗੀ ਅੱਜ। ਮੇਰਾ ਮੈਨੂੰ ਐਂ ਲੱਗਾ ਵੀ ਕੰਮ ਬਹੁਤ ਘੱਟ ਆ, ਸਬਜ਼ੀ ਬਣਾਉਣੀ ਅਤੇ ਰੋਟੀ ਬਣਾਉਣੀ, ਜ਼ਿਆਦਾ ਕੰਮ ਹੀ ਨਹੀਂ ਲੱਗਾ ਮੈਨੂੰ, ਕਿਉਂਕਿ ਅੱਜ ਦੁੱਧ ਨਹੀਂ ਨਾ ਹੈਗਾ, ਨਾ ਦਿਨ ਵਾਲਾ ਹੈਗਾ ਨਾ ਰਾਤ ਵਾਲਾ ਹੈਗਾ, ਅਤੇ ਉਹਦੇ ਕਰਕੇ ਦੁੱਧ ਕਰਕੇ ਫਿਰ ਕੰਮ ਹੋ ਜਾਂਦਾ, ਦੁੱਧ ਵਾਲੇ ਭਾਂਡੇ ਹੋ ਜਾਂਦੇ ਨੇ, ਤਾਂ ਦੁੱਧ ਗਰਮ ਕਰਨਾ ਹੋ ਜਾਂਦਾ ਵਾ, ਉਹ ਕੰਮ ਵੱਧ ਜਾਂਦਾ। ਅਤੇ ਅੱਜ ਮੈਨੂੰ ਲੱਗਾ ਵੀ ਥੋੜ੍ਹਾ ਨਾ ਰਸੋਈ 'ਚ ਕੰਮ ਘੱਟ ਆ, ਵੀ ਸਬਜ਼ੀ ਦਾ ਅਤੇ ਰੋਟੀ ਦਾ ਬਸ, ਅਤੇ ਦੁੱਧ ਆਊਗਾ ਸਾਡਾ, ਕਿਉਂਕਿ ਉਹਨਾਂ ਨੇ ਸਾਡਾ ਦੁੱਧ ਹਟਾਤਾ ਵਾ, ਉਹਨਾਂ ਦੇ ਪਤਾ ਨਹੀਂ ਕੁਛ ਫੇਰ ਹੋ ਗਿਆ, ਅਤੇ ਦੁੱਧ ਫਿਰ ਅਸੀਂ ਦੋਧੀ 'ਤੇ ਬੰਨ ਲਿਆ ਵਾ, ਤਾਂ ਦੋਧੀ ਆਏਗਾ 9:30 ਵਜੇ ਤੱਕ ਆਏਗਾ, ਅਤੇ ਲੇਟ ਆਏਗਾ ਦੁੱਧ, ਅਤੇ ਫਿਰ ਮੈਂ ਉਦੋਂ ਹੀ ਗਰਮ ਕਰੂੰਗੀ। ਅਤੇ ਲਓ ਜੀ, ਫਿਰ ਇਹਦੇ ਨਾਲ ਹੀ ਕਰਦੇ ਹਾਂ ਆਪਾਂ ਇਸ ਬਲੌਗ ਦੀ ਐਂਡਿੰਗ। ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਹੋਵੇ ਪਲੀਜ਼ ਸਾਡੇ ਬਲੌਗ ਨੂੰ ਲਾਈਕ ਜ਼ਰੂਰ ਕਰਨਾ, ਸਾਡੇ ਚੈਨਲ 'ਤੇ ਨਵੇਂ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਕਮੈਂਟ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ। ਧੰਨਵਾਦ ਜੀ, ਬਾਏ ਬਾਏ ਜੀ, ਹੱਸਦੇ ਵਸਦੇ ਰਹੋ ਜੀ, ਅਤੇ ਨਾਲ ਲੱਗਦੀ ਬੈੱਲ ਆਈਕਨ ਦੇ ਬਟਨ ਨੂੰ ਵੀ ਪ੍ਰੈਸ ਕਰ ਲੈਣਾ, ਤਾਂ ਕਿ ਸਾਡੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੀ। ਥੈਂਕ ਯੂ ਜੀ।